for the first time, I became sick Captain America. My name is Vishwajit Singh, and I am an American Sick. ਬਹੁਤ ਬਹੁਤ ਸਵਾਗਤ ਤੁਹਾਡਾ ਸਭ ਦਾ ਮੈਂ ਸੁਨੀਲ ਕਟਾਰੀਆ ਤੇ ਮੇਰੇ ਨਾਲ ਨੇ ਵਿਸ਼ਵਜੀਤ ਸਿੰਘ ਇਸ ਵੇਲੇ ਨਿਊਯਾਰਕ ਦੇ ਵਿੱਚ ਬੈਠੇ ਹੋਏ ਨੇ ਯਾਨੀ ਕਿ ਅਮਰੀਕਾ ਦੇ ਵਿੱਚ ਨੇ ਔਰ ਇਹਨਾਂ ਨੇ ਇੱਕ ਫਿਲਮ ਬਣਾਈ ਹੈ ਅਮਰੀਕਨ ਸਿੱਖ ਇਹ ਇਸ ਫਿਲਮ ਦੇ ਕੋ ਡਾਇਰੈਕਟਰ ਵੀ ਨੇ ਔਰ ਇਹ ਫਿਲਮ ਇਹਨਾਂ ਦੀ ਹੀ ਕਹਾਣੀ ਦੇ ਉੱਤੇ ਆਧਾਰਿਤ ਹੈ ਇਸ ਫਿਲਮ ਨੂੰ ਔਸਕਰ ਦੇ ਵਿੱਚ ਥਾ ਮਿਲ ਗਈ ਹੈ ਸ਼ਾਰਟ ਫਿਲਮ ਕੈਟਾਗਰੀ ਦੇ ਵਿੱਚ ਐ elephnt whispers ਫਿਲਮ ਦੇ ਲਈ ਗੁਨੀਤ ਮੋਂਗਾ ਨੂੰ ਤੁਸੀਂ ਜਾਣਦੇ ਹੋ ਕਿ ਔਸਕਰ ਪਹਿਲਾ ਹੀ ਮਿਲ ਚੁੱਕਿਆ ਹੈ ਔਰ ਸ਼ੈਫ ਵਿਕਾਸ ਕਰਨਾ ਜਿਹੜੇ ਕਿ ਫਿਲਮ ਮੇਕਰ ਵੀ ਨੇ ਉਹ ਵੀ ਇਸ ਫਿਲਮ ਦੇ ਨਾਲ ਜੁੜੇ ਹੋਏ ਨੇ ਸਭ ਤੋਂ ਪਹਿਲਾਂ ਦੱਸੋ ਕਿ ਇਹ ਤੁਹਾਨੂੰ ਕਦੋਂ ਐਂਟਰੀ ਭੇਜਣੀ ਪਈ ਔਸਕਰ ਦੇ ਲਈ ਇਸ ਫਿਲਮ ਦੇ ਲਈ ਸੈਪਟੰਬਰ ਦੇ ਵਿੱਚ ਅਸੀਂ ਲਾਸ ਏਂਜਲਸ ਵਿੱਚ ਇਸ ਪਿਕਚਰ ਦੀ ਸਕਰੀਨਿੰਗ ਕੀਤੀ ਸੀ ਤੇ ਅਸੀਂ ਫਿਰ ਉਸ ਤੋਂ ਬਾਅਦ ਕਾਲਕਟ ਹੋ ਗਏ ਸੀ ਹਾਂਜੀ ਵਿਸ਼ਵੀਤੀ ਇਹ ਤੁਹਾਡੀ ਕਹਾਣੀ ਹੈ ਸ਼ੁਰੂਆਤ ਇਹਦੀ ਭਾਰਤ ਦੇ ਵਿੱਚ 1984 ਦੇ ਵਿੱਚ ਜਿਹੜਾ ਸਿੱਖ ਕਤਲੇਆਮ ਜਾਂ ਜੈਨੋਸਾਈਡ ਵੀ ਜਿਹਨਾਂ ਨੂੰ ਕਿਹਾ ਜਾਂਦਾ ਹੈ ਉਹਨਾਂ ਤੋਂ ਸ਼ੁਰੂਆਤ ਹੁੰਦੀ ਹੈ ਫਿਰ 9-11 ਦਾ ਵੌਲਟੇਜ ਸੈਂਟਰ ਦਾ ਅਟੈਕ ਅਮਰੀਕਾ ਦੇ ਵਿੱਚ ਜਿਹੜਾ ਹੈ ਉਸ ਨੂੰ ਇਹ ਫਾਲੋ ਕਰਦੀ ਹੈ ਔਰ ਤੁਹਾਡੀ ਸਟੋਰੀ ਨਾਲ ਦੀ ਨਾਲ ਚੱਲਦੀ ਹੈ ਥੋੜਾ ਜਿਹਾ ਤੁਸੀਂ ਦੱਸੋਗੇ ਕਿ ਤੁਹਾਡੇ ਪਰਿਵਾਰ ਨੇ ਉਹ 84 ਦਾ ਦੌਰ ਪਾਰਟ ਦੇ ਵਿੱਚ ਦੇਖਿਆ ਜਾਂ ਪੰਜਾਬ ਦੇ ਵਿੱਚ ਦੇਖਿਆ ਸੀ ਫਿਰ ਇਹ ਫਾਲੋਅ ਅਪ ਕਿਵੇਂ ਹੋਇਆ ਤੁਸੀਂ ਉਥੋਂ ਦੇ ਬੋਨਨ ਡਾਟਾ ਤੋਂ ਹਾਂਜੀ ਮੇਰੀ ਪਿਤਾਸ਼ ਵਾਸ਼ਿੰਗਟਨ ਡੀਸੀ ਦੀ ਹੈਗੀ ਹੈ ਮੇਰੇ ਪਿਤਾ ਜੀ ਤੇ ਪੰਜ ਸਾਲ ਲਈ ਕੰਮ ਕਰਨ ਲਈ ਆਏ ਸੀਗੇ ਤੇ ਮੈਂ ਜਦੋਂ 4 ਸਾਲ ਦਾ ਸੀਗਾ ਮੇਰੀ ਫੈਮਿਲੀ ਫਿਰ ਇੰਡੀਆ ਚਲੇ ਗਈ ਸੀ ਤਾਂ ਉਹਨਾਂ ਦੇ ਨਾਲ ਮੈਂ ਇੰਡੀਆ ਗਿਆ ਸੀ ਤੇ ਮੇਰੀ ਸਕੂਲਿੰਗ ਐਕਚੁਅਲੀ ਇੱਕ 6 ਸਕੂਲ ਦੇ ਵਿੱਚ ਹੋਈਆ ਦਿੱਲੀ ਦੇ ਵਿੱਚ ਪਹਿਲੀ ਤੋਂ 12ਵੀਂ ਜਮਾਤ ਤੱਕ ਤੇ ਉoze ਦੌਰਾਨ ਦੇ ਵਿੱਚ ਹੀ 84 ਦੇ ਵਿੱਚ 88 ਦਿੱਲੀ ਸੀਗੇ ਜਦੋਂ ਸਾਡੇ ਘਰ ਵੀ ਮੋਬ ਆਇਆ ਸੀਗਾ ਅਸੀਂ ਸਾਡੀ ਕਿਸਮਤ ਚੰਗੀ ਸੀ ਅਸੀਂ ਬਚ ਗਏ ਸੀਗੇ ਤੇ ਮੈਂ ਫਿਰ ਹਾਈ ਸਕੂਲ ਤੋਂ ਬਾਅਦ ਜੀ ਮੈਂ ਕੱਲੇ ਮੁੜ ਕੇ ਆ ਗਿਆ ਸੀਗਾ ਮੈਨੂੰ ਪਤਾ ਸੀ ਕਿ ਮੈਂ ਫੈਮਿਲੀ ਦੇ ਵਿੱਚ ਕੱਲਾ ਹੀ ਹੈਗਾ ਜਿਹੜਾ ਕਿ ਮੈਂ ਯੂ ਐਸ ਸਿਟੀਜ਼ਨ ਹੈਗਾ ਇੱਥੇ ਜਮਿਆ ਸੀਗਾ ਸੋ ਮੈਂ ਆ ਕੇ ਫਿਰ ਕਾਲਜ ਇੱਥੇ ਸ਼ੁਰੂ ਕੀਤਾ ਅਮਰੀਕਾ ਦੇ ਵਿੱਚ ਉਸ ਤੋਂ ਬਾਅਦ ਫਿਰ ਮੈਂ ਅਮਰੀਕਾ ਦੇ ਵਿੱਚ ਹੀ ਰਹਾਂ ਜੀ 9 11 ਦਾ ਜਿਹੜਾ ਅਟੈਕ ਹੈ ਜਿਹਦੇ ਵਿੱਚ ਉਸਾਮਾ ਬਿੰ ਲਾਦੇਨ ਹੋਰਾਂ ਦਾ ਨਾਮ ਆਉਂਦਾ ਹੈ ਫਿਰ ਉਸ ਤਰ੍ਹਾਂ ਦੇ ਤਾਨੇ ਮੇਨੇ ਔਰ ਉਸ ਤਰ੍ਹਾਂ ਦੀ ਦਿਖ ਹੋਣ ਕਰਕੇ ਕਿਉਂਕਿ ਦਸਤਾਰ ਬੰਨੀ ਹੋਈ ਹੈ ਦਾੜਾ ਖੁੱਲਾ ਛੱਡਿਆ ਹੋਇਆ ਹੈ ਇਹ ਫਿਲਮ ਦੇ ਵਿੱਚ ਵੀ ਚ ਲੱਗਦਾ ਹੈ ਉਹ ਉਸ ਬਾਰੇ ਦੱਸੋਗੇ ਕਿ ਤੁਹਾਡਾ ਪਰਸਨਲ ਐਕਸਪੀਰੀਅੰਸ ਕੀ ਸੀਗਾ ਉਸ ਪਲੇ ਐਕਚੁਅਲੀ ਦਸਤਾਰ 10 ਸਾਲ ਬਾਅਦ ਸਜਾਈ ਸੀ ਅਗਸਟ 2001 ਦੇ ਵਿੱਚ ਦੋ ਮਹੀਨੇ ਪਹਿਲਾਂ ਤੇ ਸਿੱਖੀ ਦੇ ਵਿੱਚ ਆਏ ਸੀਗਾ ਤੇ ਫਿਰ 9-11 ਹੋਈ ਸੀ ਸੋ ਉਹ ਵੇਲਾ ਬਹੁਤ ਔਖਾ ਸੀ ਜੀ ਮਤਲਬ ਮੈਂ 11 ਦੋਸਤਾਂ ਨੂੰ ਜਾਣਦਾ ਜਿਹੜੇ ਕਿ ਸਿਰਵ ਦਾੜੀ ਦਸਤਾਰ ਕਰਕੇ ਫੜੇ ਗਏ ਕਈਆਂ ਦੇ ਅਟੈਕ ਅਸੀਂ 2 ਹਫ਼ਤੇ ਘਰੋਂ ਨਹੀਂ ਨਿਕਲੇ ਉਸ ਤੋਂ ਬਾਅਦ ਨਿਕਲੇ ਲੋਕਾਂ ਨੇ ਬਥੇਰੀਆਂ ਯੂ ਨੋ ਆਪਣੇ ਨਾਲ ਹਾਂ ਦੇ ਜਿਹੜੇ ਅਮਰੀਕਨ ਹੈਗੇ ਨੇ ਉਹ ਸਾਨੂੰ ਬਗਾਨਾ ਦੇਖਦੇ ਸੀਗੇ ਸੋ ਕਾਫੀ ਔਖੇ ਵੇਲੇ ਸੀਗੇ ਸਿੱਖਾ ਲਈ ਨਹੀਂ ਕਰਲੇ ਸੀਗੇ ਬਹੁਤ ਲੋਕਲੀ ਸੀਗੇ ਕੁਝ ਮਹੀਨੇ ਬਾਅਦ 2002 ਦੇ ਵਿੱਚ ਨਾ ਮੈਂ ਆਪ ਫਿਰ ਕਾਰਟੂਨ ਆਪਣੇ ਆਪਨੇ ਸਿਖਾਈ ਤੇ ਕਾਰਟੂਨ ਬਣਾਣਾ ਸ਼ੁਰੂ ਕੀਤਾ ਜਿਹਨਾਂ ਨੂੰ ਮੈਂ ਸਿੱਕ ਟੂਨ ਕਹਿਣਾ ਹੈਗਾ ਅੱਜ ਤੱਕ ਕਿਨਸ ਕਿਨ ਤੇ ਫਿਰ ਉਹ ਮੈਂ ਕਾਫੀ ਮੈਂ ਪਿਛਲੇ ਅਗਲੇ ਉਸ ਤੋਂ 15 ਸਾਲ ਮੈਂ ਕਾਰਟੂਨ ਬਣਾਏ ਹੈ ਕਿ ਨਾ ਆਪਣੀ ਜਿਹੜੀ ਆਪਣੀ ਕਮਿਊਨਿਟੀ ਹੈ ਭਾਵੇਂ ਅਮਰੀਕਾ ਹੋਵੇ ਐਕਚੁਅਲੀ ਪੂਰੀ ਦੁਨੀਆ ਦੇ ਵਿੱਚ ਜਿਹੜੀ ਕਮਿਊਨਿਟੀ ਹੈ ਸਿੱਖਾ ਦੀਆਂ ਪੰਜਾਬੀਆਂ ਦੀ ਉਹਨਾਂ ਦੀ ਫਿਰ ਮੈਂ ਕਹਾਣੀਆਂ ਦੱਸੀਆਂ ਨੇ ਕਾਰਟੂਨਸ ਰਾਹੀਂ ਇੱਕ ਕਦੋਂ ਦਾ ਵੇਲਾ ਸੀ ਕਿ ਜਦੋਂ ਤੁਹਾਨੂੰ ਖੁਦ ਦੇ ਕੇਸ ਆਪ ਹੀ ਕੱਟਣੇ ਪਏ ਜਿਹੜਾ ਐਨੀਮੇਸ਼ਨ ਫਿਲਮ ਦੇ ਵਿੱਚ ਵੀ ਨਜ਼ਰ ਆਉਂਦਾ ਤੁਸੀਂ ਹਾਲਾਂਕਿ ਦੱਸ ਰਹੇ ਹੋ ਕਿ ਤੁਸੀਂ 2001 ਦੇ ਵਿੱਚ ਸਿੱਖੀ ਸਰੂਪ ਦੇ ਵਿੱਚ ਆਏ ਸੀ ਹਾਂਜੀ ਸੋ ਮੈਂ ਜਦੋਂ ਮੁੜ ਕੇ ਆਇਆ ਸੀ ਇੰਡੀਆ ਤੋਂ ਅਮਰੀਕਾ ਮੁੜ ਕੇ ਆਇਆ ਸੀ ਪਹਿਲਾਂ ਮੈਂ ਕੁਝ ਮਹੀਨੇ ਲਾਸ ਐਂਜਲਸ ਦੇ ਵਿੱਚ ਸੀ ਫਿਰ ਮੈਂ ਕਾਲਜ ਸ਼ੁਰੂ ਕੀਤਾ ਸੀ ਉਹਾ ਦੇ ਵਿੱਚ ਮਿਡ ਵੈਸਟ ਦੇ ਵਿੱਚ ਯੂ ਐਸ ਦੇ ਵਿੱਚ ਤੇ ਮੈਂ ਮੈਂ ਜਦੋਂ ਅੱਲੇ ਆਇਆ ਸੀ ਮੁੜ ਕੇ ਬਹੁਤ ਜਿਹੜੇ ਲੋਕੀ ਸੜਕਾਂ ਤੇ ਬਗਾਨੇ ਮੈਨੂੰ ਜਾਣਦੇ ਵੀ ਨਹੀਂ ਹੈਗੇ ਨੇ ਮੈਨੂੰ ਯੂ نو ਕੰਧਨ ਨ ਵੀ ਤੂੰ ਵਾਪਿਸ ਜਾ ਇਹ ਆ ਮੇਰੇ ਬੂਤੇ ਹੱਸ ਰਹੇ ਨੇ ਜਾਂ ਗਾਲਾਂ ਕੱਢ ਰਹੇ ਨੇ ਸੋ ਮੈਨੂੰ ਬੜਾ ਲਗਭਗ ਤੁਸੀਂ ਨਾਂ ਮੈਨੂੰ ਜਾਣਦੇ ਹੋਗੇ ਮੈਂ ਇੱਥੇ ਤਾਂ ਜੰਮਿਆ ਹੈਗਾ ਤੇ ਫਿਰ ਕਾਫੀ ਔਖਾ ਵੇਲਾ ਸੀ ਉਸ ਤੋਂ ਬਾਅਦ ਜਦੋਂ ਮੈਂ ਫਿਰ ਕਾਲਜ ਵੀ ਸ਼ੁਰੂ ਕੀਤਾ ਸੀ ਉੱਥੇ ਵੀ ਮੈਨੂੰ ਕਈ ਵਾਰੀ ਕਿਸੇ ਨੂੰ ਪਤਾ ਨਹੀਂ ਜਿਸੇ ਕੋਣ ਹੁੰਦੇ ਨੇ ਲੋਕੀ ਕਈ ਵਾਰ ਤੰਗ ਵੀ ਕਰਦੇ ਹੁੰਦੇ ਸੀ ਤੇ ਦੂਜੇ ਸਾਲ ਦੇ ਵਿੱਚ ਫਿਰ ਮੈਂ ਕੈਲੀਫੋਰਨੀਆ ਸ਼ਿਫਟ ਕਰ ਗਿਆ ਸੀ ਇੱਕ ਹੋਰ ਯੂਨੀਵਰਸਿਟੀ ਟ੍ਰਾਂਸਫਰ ਕਰ ਗਿਆ ਸੀ ਤਾਂ ਉਸ ਵੇਲੇ ਫਿਰ ਮੈਨੂੰ ਲੱਗਾ ਬਈ ਮੈਂ ਮੈਂ ਹੁਣ ਫਿਟਿੰਗ ਕਰਨਾ ਚਾਹੁੰਦਾ ਮੈਂ ਘੜਨਾ ਨਹੀਂ ਚਾਹੁੰਦਾ ਕਿ ਮੈਨੂੰ ਲੋਕੀ ਦੇਖਣ ਬਈ ਆਹ ਦੇਖੋ ਜੀ ਇਹ ਬੰਦਾ ਇਹ ਆਇਆ ਤੇ ਫਿਰ ਉਸ ਵੇਲੇ ਫਿਰ ਮੈਂ ਆਪਣੇ ਕੇਸ ਕਤਲ ਕੀਤੀ ਸੀਗੇ ਮੈਂ ਦਸਤਾਰ ਕੱਢ ਲਈ ਸੀਗੀ ਤੇ ਫਿਰ ਉਸ ਅਗਲੇ 10 ਸਾਲਾਂ ਜੀ ਮੈਂ ਖੋਜ ਕੀਤੀ ਸੀ ਮੈਂ ਹੈ ਕੌਣ ਹੈਗਾ ਸੋ ਉਹ 10 ਸਾਲ ਦੀ ਜਿਹੜੀ ਮੇਰੀ ਜਰਨੀ ਸੀਗੀ ਕੇਸ ਯੂ نو ਕਤਲ ਕਰਨ ਤੋਂ ਬਾਅਦ ਕਤਲ ਤੋਂ ਬਾਅਦ ਨਾਲ ਸ਼ੌਕ ਪਿਆ ਕਿਤਾਬੀ ਸ਼ੌਕ ਪਿਆ ਮੈਨੂੰ ਐਕਚੁਅਲੀ ਬੁੱਧ ਧਰਮ ਦੀ ਮੈਂ ਕਿਤਾਬਾਂ ਪੜ੍ਹੀਆਂ ਫਿਰ ਉਸ ਤੋਂ ਬਾਅਦ ਇਵੈਂਚੁਅਲੀ ਨਾ ਜੀ ਉਹ 10 ਸਾਲ ਬਾਅਦ ਜਾ ਕੇ ਮੈਂ ਅ ਗੁਰਦੁਆਰਾ ਯੂਨ ਮੇਰੇ ਵੱਡੇ ਵੀਰ ਨੇ ਮੈਨੂੰ ਕਿਹਾ ਵੀ ਕਈ ਵਾਰੀ ਗੁਰਦੁਆਰਾ ਸਾਹਿਬ ਚੱਲੀ ਆ ਮੈਂ ਮਨਾ ਕਰਦਾ ਹੁੰਦਾ ਸੀ ਇੱਕ ਦੋ ਵਾਰੀ ਵੀ ਮੈਂ ਕਹਿੰਦਾ ਚਲਦੇ ਆ ਬਸ ਫਿਰ ਇਵੈਂਚੁਅਲੀ ਮੇਰਾ ਕੀਰਤਨ ਨਾਲ ਮੇਰਾ ਸ਼ੌਕ ਪਿਆ ਸੀ ਉਹਦੇ ਨਾਲ ਫਿਰ ਮੈਂ ਸਿੱਖੀ ਦੇ ਵਿੱਚ ਆਇਆ ਸੀਗਾ ਜੀ ਉਸੇ ਵੇਲੇ ਦੀ ਗੱਲ ਹੈ ਮੈਨੂੰ ਇੱਕ ਵਾਰੀ ਇੱਕ ਸੁਪਨਾ ਆਇਆ ਸੀ ਉਸ ਸੁਪਨੇ ਦੇ ਵਿੱਚ ਮੇਰੇ ਦਾਦਾ ਜੀ ਆਏ ਸੀਗੇ ਜਵਾਨੀ ਰੂਪ ਦੇ ਵਿੱਚ ਸੋ ਮੈਂ ਤਾਂ ਉਹਨਾਂ ਨੇ ਕਦੇ ਦੇਖੇ ਨਹੀਂ ਜਵਾਨੀ ਰੂਪ ਦੇ ਵਿੱਚ ਉਹ ਆਏ ਸੀਗੇ ਹੱਥ ਦੇ ਵਿੱਚ ਉਹਨਾਂ ਨੇ ਮਹਾਰਾਜ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੀਗਾ ਤੇ ਉਸ ਤੋਂ ਕੁਝ ਮਹੀਨੇ ਬਾਅਦ ਫਿਰ ਮੈਂ ਡਿਸੀਜਨ ਲਿਆ ਸੀ ਵੀ ਹਾਂਜੀ ਮੈਂ ਸਿੱਖੀ ਸਿੱਖੀ ਰਾਹ ਦੇ ਵਿੱਚ ਚੱਲਣਾ ਜੀ ਤੁਸੀਂ ਇਹ ਕਦੋਂ ਡਿਸਾਈਡ ਕੀਤਾ ਕਿ ਫਿਲਮ ਬਣਾਉਣੀ ਹੈ ਉਹ ਦੂਸਰਾ ਤੁਸੀਂ ਜਦੋਂ ਕੈਪਟਨ ਸਿੱਖ ਅਮਰੀਕਾ ਬਣੇ ਉਹ ਆਈਡੀਆ ਕਿਵੇਂ ਆਇਆ ਉਹ ਕੀ ਉਹ ਫਿਲਮ ਤੋਂ ਆਇਆ ਸੀ ਜਿਹੜੀ ਫਿਲਮ ਆਈ ਸੀ 10 ਸਾਲ ਉਹ ਮੈਂ ਕਈ ਕਾਰਟੂਨ ਬਣਾਉਂਦਾ ਰਿਹਾ ਦਿਨੇ ਵਾਰੀ ਜੌਬ ਸੀਗੀ ਇੰਜੀਨੀਅਰ ਦੀ ਰਾਤ ਵੇਲੇ ਮੈਂ ਕਾਰਟੂਨ ਕਰਦਾ ਸੀ 10 ਸਾਲ ਬਾਅਦ ਮੈਨੂੰ ਮੈਕ ਪੋਸਟਰ ਦੇਖਿਆ ਪਹਿਲੇ ਕੈਪਟਨ ਅਮਰੀਕਾ ਮੂਵੀ ਆਈ ਸੀ ਕਿ 2011 ਦੇ ਵਿੱਚ ਗਰਮੀ ਦੇ ਵਿੱਚ ਆਉਂਦੀਆਂ ਨੇ ਯੂਜੂਲੀ ਬੜੀ ਵੱਡੀ ਫਿਲਮਾਂ ਹੁੰਦੀਆਂ ਬਹੁਤ ਚੱਲੀ ਸੀ ਜੁਲਾਈ ਜੁਲਾਈ 22 ਜੁਲਾਈ ਦੇ ਵਿੱਚ ਆਜੀ ਤੁਹਾਡੀ ਫਿਲਮ ਦੇ ਵਿੱਚ ਵੀ ਹਾਂਜੀ ਉਹ ਮੈਂ ਪੋਸਟਰ ਦੇਖ ਕੇ ਮੈਨੂੰ ਇੱਕ ਇਮੇਜ ਆਈ ਸੀ ਬਈ ਕੈਪਟਨ ਅਮਰੀਕਾ ਤਾਂ ਸਿੱਖ ਵੀ ਹੋ ਸਕਦਾ ਮੈਂ ਇੱਥੇ ਜੰਮਿਆ ਪੜਿਆ ਹੋਰ ਸਕਦੀ ਬਥੇਰੇ ਨੇ ਸੋ ਮੈਂ ਪੋਸਟਰ ਲਾ ਕੇ ਇੱਕ ਮੈਂ ਨਿਊਯਾਰਕ ਸਿਟੀ ਕਾਮਿਕ ਕਾਨ ਹੁੰਦਾ ਬੜਾ ਵੱਡਾ ਕਾਮਿਕ ਫੈਸਟੀਵਲ ਹੁੰਦਾ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕ ਆਉਂਦੇ ਨੇ ਉੱਥੇ ਮੈਂ ਲਾ ਕੇ ਗਿਆ ਪੋਸਟਰ ਕੁਝ ਲੋਕਾਂ ਨੂੰ ਪਸੰਦ ਕੁਝ ਲੋਕਾਂ ਨੂੰ ਪਸ ਤੇ ਉਥੇ ਇੱਕ ਫੋਟੋਗ੍ਰਾਫਰ ਆਇਆ ਸੀਗੇ ਜਿਊਿਸ਼ ਅਮਰੀਕਨ ਫੋਟੋਗ੍ਰਾਫਰ ਫਿਓਨਾ ਅਬੂਦ ਉਹਨਾਂ ਦਾ ਨਾਮ ਹੈਗਾ ਤੇ ਉਹਨਾਂ ਨੇ ਮੈਨੂੰ ਕਿਹਾ ਜੀ ਤੁਸੀਂ ਨਾ ਤੁਸੀਂ ਇਹ ਯੂਨੀਫਾਰਮ ਪਾਓ ਅਗਲੇ ਸਾਲ ਪਾ ਕੇ ਆ ਮੈਂ ਉਹਨੂੰ ਕਿਹਾ ਨਹੀਂ ਜੀ ਮੈਂ ਨਹੀਂ ਪਾਣੀ ਮੈਨੂੰ ਤਾਂ ਵੈਸੇ ਲੋਕੀ ਦੇਖ ਕੇ ਕਹਿੰਦੇ ਨੇ ਬਈ ਤੂੰ ਆਪਣੇ ਘਰ ਚਲੇ ਜਾ ਯਾਰ ਹੋਰ ਬਥੇਰੀਆਂ ਗਾਲਾਂ ਕੱਢਦੇ ਨੇ ਤੋਂ ਸਾਲ ਲੱਗਿਆ ਫਿਓਨਾ ਅਬੂਦ ਨੂੰ ਬਈ ਮੈਨੂੰ ਮਨਾਉਂਦੇ ਨੇ ਨਹੀਂ ਤੂੰ ਤੂੰ ਪਾ ਆਪਾਂ ਇੱਕ ਫੋਟੋ ਸ਼ੂਟ ਕਰਦੇ ਆਪਾਂ ਨਾ ਟੈਸਟ ਕਰਦੇ ਆ ਕਿ ਲੋਕੀ ਜੇ ਤੂੰ ਇਹ ਅਮਰੀਕਨਿਕ ਸੁਪਰ ਹੀਰੋ ਦੀ ਯੂਨੀਫਾਰਮ ਪਾਣਾ ਤੇ ਕਿੱਦਾਂ ਤੈਨੂੰ ਟ੍ਰੀਟ ਕਰਦੇ ਨੇ ਸੋ ਜੂਨ 2013 ਵਿੱਚ ਮੈਂ ਯੂਨੀਫਾਰਮ ਪਾਈ ਕੈਪਟਨ ਅਮਰੀਕਾ ਦੀ ਨਿਊਯਾਰਕ ਦੇ ਅਸੀਂ ਸੜਕਾਂ ਦੇ ਬਾਹਰ ਗਏ ਤੇ ਬੜੀ ਇੱਕ ਅਜੀਬ ਜੀ ਗੱਲ ਹੋਈ ਮੈਨੂੰ ਤਾਂ ਲੱਗਾ ਕਿ ਲੋਕੀ ਸ਼ਾਇਦ ਮੈਨੂੰ ਤੰਗ ਕਰਨਗੇ ਕਹਿਣਗੇ ਤੂੰ ਕਿਉਂ ਪਾਈ ਹੈ ਯੂਨੀਫਾਰਮ ਤੇ ਕੋਈ ਨਾ ਐਹੋ ਜੀ ਗੱਲ ਹੋਈ ਉਹਨਾਂ ਨੇ ਮੈਨੂੰ ਦੇਖਿਆ ਜਦੋਂ ਅਸੀਂ ਯੂਨੀਫਾਰਮ ਦੇ ਵਿੱਚ ਤੇ ਆਲਮੋਸਟ ਜਦੋਂ ਨਾਲੋ ਕੇ ਦੁਨੀਆ ਬਦਲ ਗਈ ਉਸ ਦਿਨ ਕਿ ਉਸ ਦਿਨ ਮੈਨੂੰ ਬਗਾਨੇ ਸਟ੍ਰੇਂਜਰਜ਼ ਆ ਕੇ ਮੈਨੂੰ ਜਫੀਆਂ ਪਾ ਰਹੇ ਨੇ ਮੇਰੇ ਨਾਲ ਲੜ ਕੇ ਜਾਰ ਰਹੇ ਨੇ ਸੋ ਮੈਨੂੰ ਨਾ ਕਭੀ ਇਹ ਤਾਂ ਮੈਂ ਯੂਨੀਫਾਰਮ ਪਾਈ ਹੈ ਇਹ ਤਾਂ ਕਾਮਿਕ ਹੀਰੋ ਹੈ ਤਾਂ ਐਗਜ਼ਿਸਟ ਨਹੀਂ ਕਰਦਾ ਸਿਰਫ ਕਿਤਾਬਾਂ ਦੇ ਵਿੱਚ ਹੈ ਕਿਸੇ ਨੇ ਬਣਾ ਦਿੱਤਾ ਹੈ ਬੜੋ ਸੁਪਰ ਹੀਰੋ ਦੀ ਕਹਾਣੀ ਇੰਨੀ ਤਕੜੀ ਹੈਗੀ ਹੈ ਕਿ ਲੋਕੀ ਮੈਨੂੰ ਰੀਅਲ ਲਾਈਫ ਦੇ ਵਿੱਚ ਦਾੜ ਮੈਂ ਪਤਲਾ ਬੰਦਾ ਮੈਂ ਚਸ਼ਮੇ ਪਾਏ ਆ ਦਾੜੀ ਦਸਤਾਰ ਹੈਗੀ ਹੈ ਉਹਦੇ ਵਿੱਚ ਮੈਨੂੰ ਉਹ ਇਹਦਾ ਟ੍ਰੀਟ ਕਰਦੇ ਨੇ ਵੀ ਮੈਂ ਤਾਂ ਕੋਈ ਸਪੈਸ਼ਲ ਅਮਰੀਕਨ ਆ ਗਿਆ ਮੈਂ ਤਾਂ ਸੈਲੀਬ੍ਰਿਟੀ ਹੈਗਾ ਤੇ ਮੈਨੂੰ ਸਾਰੇ ਮੈਨੂੰ ਫੋਲੋ ਕਰਦੇ ਨੇ ਸੋ ਉਸ ਦਿਨ ਫਿਰ ਮੈਨੂੰ ਲੱਗਾ ਵੀ ਸ਼ਾਇਦ ਮੈਕ ਕੋਈ ਸਪੈਸ਼ਲ ਕੋਈ ਮੈਚ ਚੀਜ਼ ਲੱਭੀ ਹੈ ਤੇ ਉਸ ਤੋਂ ਬਾਅਦ ਤੱਕ ਅਸੀਂ ਜਦੋਂ ਇਹ ਫੋਟੋ ਕੁਝ ਰਿਲੀਜ਼ ਕੀਤੀਆਂ ਉਹ ਬੜੀ ਵਾਇਰਲ ਹੋਈਆਂ ਤੇ ਲੋਕਾਂ ਨੇ ਮੈਨੂੰ ਯੂ ਨੋ ਸੰਦੇ ਆਰਐਨਬੀ ਸਾਡੇ ਸਕੂਲ ਆਉਂ ਸਾਡੇ ਕੰਪਨੀ ਦੇ ਵਿੱਚ ਆ ਸਾਨੂੰ ਆਪਣੀ ਕਹਾਣੀ ਦੱਸੋ ਬਸੋ ਫਿਰ ਨਾ ਜੀ ਇੱਕ ਨਵੀਂ ਲਹਿਰ ਚੱਲੀ ਸੀ ਮੇਰਾ ਨਾ ਹੌਲੀ-ਹੌਲੀ ਬਸ ਫਿਰ ਕਰੀਅਰ ਦਾ ਚੇਂਜ ਕੁਝ ਸਾਲ ਤ ਬਾਅਦ ਫਿਰ ਮੈਂ ਆਪਣੀ ਇੰਜੀਨੀਅਰਿੰਗ ਦੀ ਜੌਬ ਛੱਡ ਕੇ ਮੈਂ ਫਿਰ ਫੁੱਲ ਟਾਈਮ ਮੈਂ ਯੂਐਸ ਦੇ ਵਿੱਚ ਟਰੈਵਲ ਕਰਨਾ ਸ਼ੁਰੂ ਕੀਤਾ ਕਹਾਣੀ ਆਪਣੀ ਦੱਸੀ ਤੇ ਤੇ ਇਸ਼ੂਜ਼ ਹੈਗੇ ਨੇ ਰੈਸਿਜ਼ਮ ਦੇ ਅਸੀਂ ਕਿ ਦੂਜੇ ਸਮਝਦੇ ਬੁਲੀਇੰਗ ਦੇ ਉਹਦੇ ਫਿਰ ਮੈਂ ਗੱਲ ਕੀਤੀ ਤੇ ਉਹਦੇ ਦੌਰਾਨ ਰਾਇਨ ਵੈਸਟ੍ਰਿਕ ਫਿਲਮੇਕਰ ਹੈਗੇ ਨੇ ਸਦਰਨ ਕੈਲੀਫੋਰਨੀਆ ਐਲਏ ਦੇ ਵਿੱਚ ਰਹਿੰਦੇ ਨੇ ਉਹਨੇ ਮੇਰੇ ਤੇ ਇੱਕ ਪਹਿਲੀ ਇੱਕ ਛੋਟੀ ਇੱਕ ਡਾਕੂਮੈਂਟਰੀ ਬਣਾਈ ਸੀ ਰੈਡ ਵਾਈਟ ਐਂਡ ਬੀਅਰ ਤੇ ਉਹਨੇ ਉਹ ਪਿਕਚਰ ਬਣਾਈ ਉਹਨੇ ਦੇਖਿਆ ਵੀ ਲੋਕੀ ਮੈਨੂੰ ਕਿਦਾਂ ਵੱਖਰੇ ਟਰੀਟ ਕਰਦੇ ਨੇ ਜਦੋਂ ਮੈਂ ਯੂਨੀਫਾਰਮ ਪਾਣਾ ਤੇ ਜਦੋਂ ਮੈਂ ਯੂਨੀਫਾਰਮ ਕੱਢ ਦਿੰਨਾ ਮੈਨੂੰ ਫਿਰ ਗਾਲਾਂ ਪਾੜਨੀ ਸ਼ੁਰੂ ਹੋ ਜਾਂਦੀਆਂ ਨੇ ਉਹ ਉਹਨੇ ਦੇਖਿਆ ਆਪਣੀ ਅੱਖੋਂ ਉਹਨੇ ਫਿਰ ਕੁਝ ਸਾਲ ਬਾਅਦ 2018 ਤੇ 2019 ਦੇ ਵਿੱਚ ਮੈਨੂੰ ਇਰਾਨ ਕਹਿੰਦਾ ਵਿਸ਼ਵਜੀਤ ਮੈਂ ਤੇਰੀ ਕਹਾਣੀ ਫਾਲੋ ਕਰ ਰਹਾ ਹਾਂ ਬੜੀ ਇੰਟਰਸਟਿੰਗ ਬੜੀ ਸਪੈਸ਼ਲ ਜੀ ਯੂਨਿਕ ਜੀ ਕਹਾਣੀ ਹੈਗੀ ਹੈ ਮੈਨੂੰ ਪਤਾ ਹੈ ਅਮਰੀਕਾ ਨੂੰ ਸਿੱਖਾਂ ਬਾਰੇ ਬਿਲਕੁਲ ਨਹੀਂ ਪਤਾ ਮੈਂ ਇੱਕ ਕਹਾਣੀ ਇੱਕ ਮੈਂ ਤੁਹਾਡੀ ਪੂਰੀ ਲਾਈਫ ਦੀ ਕਹਾਣੀ ਦੱਸਣਾ ਚਾਹੁੰਦਾ ਬਸ ਉਹ ਉਹਨਾਂ ਦਾ ਆਈਡੀਆ ਸੀਗਾ ਮੈਂ ਤੇ ਰਾਇਨ ਨੇ 4 ਸਾਲ ਲਾਇਆ 2019 ਤੋਂ ਲੈ ਕੇ 2023 ਦੇ ਸ਼ੁਰੂਆਤ ਦੇ ਵਿੱਚ 4 ਸਾਲ ਲੱਗੇ ਸਾਨੂੰ ਫਿਲਮ ਬਣਾਉਣ ਦੇ ਵਿੱਚ ਫੰਡ ਰੇਜ਼ ਕਰਨ ਦੇ ਵਿੱਚ ਤੇ ਉਹਦਾ ਫਿਰ ਨਤੀਜਾ ਜੀ ਜਿਹੜੀ ਫਿਲਮ ਜਿਹੜੀ ਅਮਰੀਕਨ ਸਿੱਖ ਹੈਗੇ ਤੁਸੀਂ ਦੇਖ ਰਹੇ ਹੋ ਇਹ ਸਾਰੇ ਸਰਕਲ ਤੋਂ ਬਾਅਦ ਹੁਣ ਇਸ ਵੇਲੇ ਤੁਸੀਂ ਕੀ ਮੰਨਦੇ ਹੋ ਕਿ ਤੁਹਾਨੂੰ ਕਿਸ ਤਰ੍ਹਾਂ ਅਮਰੀਕਾ ਦੇ ਲੋਗ ਜਾਂ ਹੋਰ ਨਸਲਾਂ ਦੇ ਲੋਗ ਉੱਥੇ ਦੇਖਦੇ ਨੇ ਜਿਹੜੀ ਤਸਵੀਰ ਤੁਸੀਂ ਪਹਿਲਾਂ ਦੱਸੀ ਕਿ ਪਹਿਲਾਂ ਕਿਸੇ ਹੋਰ ਤਰੀਕੇ ਨਾਲ ਦੇਖਦੇ ਸੀ ਇਸ ਵੇਲੇ ਹਾਲਾਤ ਕਿ ਹੋ ਜੇ ਨੇ ਦੇਖੋ ਜੀ ਥੋੜਾ ਹਾਲਾਤ ਹਾਲੇ ਵੀ ਕਈ ਅਮਰੀਕੀਆਂ ਨੂੰ ਹਾਲੇ ਵੀ ਹਾਲਾਂਕਿ 22 ਸਾਲ ਹੋ ਗਏ ਨੇ 9/11 ਨੂੰ ਹੋਏ ਜਿਹੜੀ ਅਵੇਅਰਨੈਸ ਅਸੀਂ ਕੰਨਿਆ ਸਿੱਖਾਵਾਰਿਆ ਉਹ ਹਾਲੇ ਵੀ ਬਹੁਤ ਘਟ ਗਈ ਹੈ ਹੁਣ ਜਿੱਦਾਂ ਹੁਣ ਮਿਡਲ ਈਸਟ ਦੀ ਜੰਗ ਚੱਲ ਰਹੀ ਹੈ ਸਾਡੇ ਆਲਰੇਡੀ ਹਾਦਸੇੜੇ ਸ਼ੁਰੂ ਹੋ ਗਏ ਨੇ ਕਿ ਸਿੱਖਾਂ ਨੂੰ ਲੋਕਾਂ ਨੇ ਬਿਕੋਜ਼ ਪਛਾਣ ਨਹੀਂ ਹੈਗੀ ਕੌਣ ਹੁੰਦੇ ਨੇ ਸਾਨੂੰ ਆਲਰੇਡੀ ਸਾਡੇ ਨਾਲ ਹੇਟ ਕਰਾਈਮਸ ਤੇ ਹੋਰ ਬਥੇਰੀ ਚੀਜ਼ਾਂ ਹੋਣੀ ਸ਼ੁਰੂ ਹੋ ਦੁਬਾਰਾ ਹੋ ਗਈਆਂ ਨੇ ਕਦੀ ਗਈ ਦੁਰਲਭ ਨਈ ਸੀਗੀਆਂ ਵੜਕੀ ਹੁੰਦਾ ਜਿਸ ਤਰ੍ਹਾਂ ਹਾਲਾਤ ਉੱਤੇ ਥੱਲੇ ਜਾਂਦੇ ਨੇ ਖਬਰਾਂ ਉੱਤੇ ਥੱਲੇ ਜੰਗਾਂ ਹੁੰਦੀਆਂ ਨੇ ਬਾਹਰ ਸਾਨੂੰ ਹੁਣ ਦੁਬਾਰਾ ਕੋਈ ਜਿਹੜਾ ਐਕਸਪੀਰੀਅੰਸ 91 ਤੋਂ ਬਾਅਦ ਥੋੜਾ ਆਬਵੀਅਸ ਅਦੀ ਕਰਕੇ ਨਾ ਜੀ ਮੈਂ ਜੋ ਆਪਣੀ ਐਕਸਪੀਰੀਅੰਸ ਤੋਂ ਸਿੱਖਿਆ ਹੈ ਕਿ ਆਰਟ ਕਾਰਟੂਨ ਲਾਲੋ ਕਿਤਾਬਾ ਲਾਲੋ ਪਿਕਚਰ ਲਾਲੋ ਇੱਕ ਬੜੇ ਵੱਡੇ ਇੱਕ ਬੜੇ ਸਟਰੋਂਗ ਮੀਡੀਅਮ ਹੈਗੇ ਨੇ ਸੋ ਮੇਰੀ ਰਾਏਨ ਦੀ ਤੇ ਹੋਰਾਂ ਦੇ ਸਾਡੇ ਇਹੀ ਬੜਾ ਵੱਡਾ ਇੱਕ ਮੈਸੇਜ ਹੈ ਕਿ ਸਾਨੂੰ ਆਪਣੀ ਕਹਾਣੀਆਂ ਦੱਸਣੀਆਂ ਨੇ ਮੇਰਾ ਸੁਪਨਾ ਇਹ ਹੈਗਾ ਕਿ ਅਗਲੇ ਕੁਝ ਸਾਲਾਂ ਦੇ ਵਿੱਚ ਅਸੀਂ ਪਿਕਚਰਾਂ ਦੇਖੀ ਜਿਹਦੇ ਵਿੱਚ ਦਸਤਾਰ ਦਾੜੀਆਂ ਹੈਗੀਆਂ ਨੇ ਤੇ ਇਵੈਂਚੁਅਲੀ ਲੋਕਾਂ ਨੇ ਕਹਿਣਾ ਅਸੀਂ ਹਾਂਜੀ ਇਹ ਤਾਂ ਇਹ ਤਾਂ ਅਮਰੀਕਾ ਨੇ ਕਹਿੰਦੇ ਅਸੀਂ ਜਾਣਦੇ ਉਹਨਾਂ ਨੇ ਇਹ ਇਸ ਪਿਕਚਰ ਦੇ ਵਿੱਚ ਦੇਖਿਆ ਅਸੀਂ ਇਹ 쇼 ਦੇ ਵਿੱਚ ਦੇਖਿਆ ਇਹ ਸੁਪਨਾ ਜੀ ਮੇਰਾ ਕਿ ਅਸੀਂ ਜਿਹੜਾ ਪਿਕਚਰਾਂ ਦਾ ਜਿਹੜਾ ਮੀਡੀਅਮ ਹੈ ਜਿਹੜਾ ਸ਼ੋਜ਼ ਦਾ ਮੀਡੀਅਮ ਹੈ ਉਹਦਾ ਇਸਤੇਮਾਲ ਕਰੀਏ ਤੇ ਆਪਣੀ ਕਹਾਣੀਆਂ ਦੱਸੀਏ ਜੀ ਅਮਰੀਕਾ ਦੇ ਵਿੱਚ ਤੇ ਦੁਨੀਆ ਦੇ ਹਰ ਕੋਨੇ ਦੇ ਵਿੱਚ